ਤੁਸੀਂ ਵੇਖ ਰਹੇ ਹੋ ਪੰਜਾਬ ਟੂਡੇ ਨਿਊਜ਼। ਹਫਤੇ ਮੈਂ ਰੋਜ਼ ਹੀ ਖਾਤਾ ਯਾਰ, ਕਿਆ ਚੀਜ਼ ਪਹਿਲੇ ਵੀ ਖਾਧਾ ਤਾ ਹੁਣ ਵੀ ਖਾ ਰਹਾ ਹੂੰ, ਬਣਾਈਦਾ ਵੀ ਖਾਈਦਾ ਵੀ। ਮੈਂ ਸਰਦ ਮੈਂ ਹਫਤੇ ਮੈਂ ਰੋਜ਼ ਹੀ ਖਾਤਾ ਹੂੰ, ਹਫਤੇ ਮੈਂ ਰੋਜ਼ ਹੀ ਖਾਤਾ ਹੂੰ, ਦੋ ਦਿਨ ਪਰ ਤਿੰਨ ਦਿਨ ਮੈਂ ਖਾਤਾ ਹੀ ਖਾਤਾ ਹੂੰ। ਡਰ ਕਿਆ ਚੀਜ਼ ਪਹਿਲੇ ਵੀ ਖਾਧਾ ਤਾ ਹੁਣ ਵੀ ਖਾ ਰਹਾ ਹੂੰ, ਬਣਾਈਦਾ ਵੀ ਖਾਈਦਾ ਵੀ। ਮੈਂ ਮੇਰਾ ਨਾਮ ਵਿਸ਼ਾਲ ਸ਼ਰਮਾ ਸਰ, ਮੈਂ ਚਿਕਨ ਖਾ ਰਹਾ ਹੂੰ, ਕੋਈ ਐਸੀ ਬਾਤ ਨਹੀਂ ਹੈ, ਐੱਗ ਵੀ ਖਾ ਰਹੇ ਹਾਂ। ਬਸ ਇਹ ਹੈ ਚਾਈਨਾ ਨੇ ਸਰ ਇਹ ਖੁਦ ਬਿਮਾਰੀ ਬਣਾਈ ਹੈ, ਉਨ ਪਰ ਖੁਦ ਹੀ ਭਾਰੀ ਪੜ ਗਈ ਹੈ। ਉਹ ਸੀ ਫੂਡ ਖਾਤੇ ਹੈ, ਬਸ ਇਹ ਬਹਾਨਾ ਬਣਾ ਰਹੇ ਹਾਂ, ਕਭੀ ਕੁਛ ਕਰ ਰਹੇ ਹਾਂ, ਕਭੀ ਕੁਛ ਕਰ ਰਹੇ ਹਾਂ। ਹਮਾਰੇ ਯਹਾਂ ਤਾਂ ਕੁਛ ਹੈ ਨਹੀਂ। ਬਹਿ ਕੇ ਜੋ ਕਰੋਨਾ ਕਾ ਵੋ ਕਹਿ ਰਹੇ ਹਾਂ ਸਰ, ਉਸੇ ਸੈਨੇਟਾਈਜ਼ਰ ਸੇ ਹਾਥ ਵੀ ਧੋ ਰਹੇ ਹਾਂ, ਔਰ ਫੇਸ ਪਰ ਵੀ ਹੈਂਕੀ ਯੂਜ਼ ਕਰ ਰਹੇ ਹਾਂ, ਠੀਕ ਹੈ ਕਿ ਨਹੀਂ। ਬਾਕੀ ਚਿਕਨ ਮੈਂ ਐਸਾ ਕੁਛ ਬਾਤ ਨਹੀਂ ਹੈ, ਹਮੇ ਤਾਂ ਕੁਛ ਨਹੀਂ ਲਗਾ ਸਰ। ਸਰ ਇਹ ਅਫਵਾਹ ਹੈ, ਸਭਸੇ ਜ਼ਿਆਦਾ ਅਫਵਾਹ ਹੈ। ਹਾਂ ਬੰਦ ਕਰ ਦਿਆ ਸਰ, ਇਹ ਦੇਖੋ ਚਿਕਨ ਸੇ ਤਾਂ ਹੋ ਨਹੀਂ ਰਹੀ ਹੈ ਕਿਸੀ ਕੋ ਵੀ, ਠੀਕ ਹੈ। ਬਾਕੀ ਕਿਸੀ ਕੋ ਜੋ ਕਰੋਨਾ ਕਾ ਜੋ ਸ਼ਿਕਾਰ ਹੋ ਚੁੱਕਾ ਹੈ, ਠੀਕ ਹੈ, ਉਸੀ ਸੇ ਫੈਲ ਰਹੀ ਹੈ, ਔਰ ਕਿਸੀ ਸੇ ਨਹੀਂ ਹੈ। ਜੇ ਉਹ ਜ਼ਿਆਦਾ ਸੀ ਫੂਡ ਖਾਤੇ ਹੈ, ਉਸਕੇ ਕਾਰਨ ਜੇ ਬਿਮਾਰੀ ਜ਼ਿਆਦਾ ਫੈਲ ਰਹੀ ਹੈ। ਬਾਕੀ ਹਮਾਰੇ ਯਹਾਂ ਐਸਾ ਕੁਛ ਨਹੀਂ ਹੈ, ਥੋੜ੍ਹਾ ਪਰਹੇਜ਼ ਕਰੇਂਗੇ ਬਿਲਕੁਲ ਸਹੀ ਹੋ ਜਾਏਗੀ, ਕੋਈ ਐਸੀ ਬਾਤ ਨਹੀਂ ਹੈ, ਠੀਕ ਹੈ ਨਾ ਸਰ। ਜੋ ਬਾਹਰ ਸੇ ਆਏ ਹੈ ਉਨ੍ਹੀਂ ਕੋ ਹੀ ਹੈ, ਪੰਜਾਬ ਮੇਂ ਹਿੰਦੁਸਤਾਨ ਮੇਂ ਹਮਾਰੇ ਯਹਾਂ ਕਿਸੀ ਕੋ ਵੀ ਨਹੀਂ ਹੈ। ਜਿਤਨੇ ਵੀ ਬਾਹਰ ਸੇ ਆਏ ਹੈ ਉਨ੍ਹੀਂ ਕੋ ਹੀ ਕਰੋਨਾ ਵਾਇਰਸ ਨਿਕਲਾ ਹੈ, ਹਮਾਰੇ ਯਹਾਂ ਤੋਂ ਹੈ ਨਹੀਂ। ਔਰ ਬਾਹਰ ਵੋ ਚਾਈਨਾ ਨੇ ਜੇ ਖੁਦ ਹੀ ਬਿਮਾਰੀ ਬਣਾਈ ਹੈ, ਖੁਦ ਹੀ ਉਨ ਪਰ ਭਾਰੀ ਪੜ ਗਈ ਹੈ, ਔਰ ਇਸਕੀ ਚਪੇਟ ਮੇਂ ਕੋਈ ਨਾ ਕੋਈ ਤੋ ਆਏਗਾ ਹੀ। ਬਸ ਵੋ ਆਪਣੇ ਆਪ ਕੋ ਯਾਦ ਕਰਾਨੇ ਕੇ ਲੀਏ ਐਸੀ ਚੀਜ਼ੋ ਪਰ ਬਲੇਮ ਲਗਾ ਰਹੇ ਹਾਂ ਕਿ ਚਿਕਨ ਮਤ ਖਾਓ, ਇਹ ਮਤ ਖਾਓ, ਵੋ ਮਤ ਖਾਓ। ਕੱਲ੍ਹ ਕੋ ਕਹਿ ਦੇਂਗੇ ਸਬਜ਼ੀਆਂ ਵੀ ਮਤ ਖਾਓ, ਉਸਕੋ ਵੀ ਕਿਸੇ ਨਾ ਕਿਸੇ ਕਾ ਹੱਥ ਲੱਗ ਜਾਏਗਾ ਕਰੋਨਾ ਵਾਇਰਸ ਵਾਲ, ਤਾਂ ਵੋ ਵੀ ਅਸ਼ੁੱਧ ਹੋ ਜਾਏਗੀ, ਤਾਂ ਉਸਸੇ ਵੀ ਹੋ ਹੀ ਜਾਏਗਾ ਸਭ ਕੁਝ ਜਿਸ ਕੋ ਹੋਣਾ, ਸਹੀ ਹੈ ਨਾ। ਬਸ ਆਪਣਾ ਬਰੇਜ਼ ਕਰੋ, ਸੈਨੀਟਾਈਜ਼ਰ ਯੂਜ਼ ਕਰੋ, ਕਿਸੇ ਦੇ ਹੈਂਡ ਸ਼ੇਕ ਮਤ ਕਰੋ, ਬਸ ਨਹੀਂ ਹੋ ਰਿਹਾ ਸਰ। ਹਾਂਜੀ ਕੁਛ ਨਹੀਂ ਹੈਗਾ, ਚਿਕਨ ਚੁਕਾ ਨਹੀਂ, ਸਾਰੇ ਖਾ ਹੀ ਰਹੇ ਆ, ਕੋਈ ਗੱਲਬਾਤ ਨਹੀਂ ਹੈਗੀ। ਇਹ ਸਭ ਅਫਵਾਹ, ਐਸਾ ਕੁਛ ਵੀ ਨਹੀਂ ਹੋ ਰਿਹਾ ਵਾਇਰਸ, ਕਬ ਸੇ ਕਰੇ ਕੁਛ ਤਾਂ ਹੋ ਹੀ ਨਹੀਂ ਰਿਹਾ, ਐਸਾ ਕੁਛ ਵੀ ਨਹੀਂ ਹੋ ਰਿਹਾ ਹੈ, ਅਫਵਾਹ ਹੈ, ਐਸਾ ਕੁਛ ਨਹੀਂ ਹੈ। ਵੋ ਦਫਨਾ ਹਲੇ ਦਿਆ ਗਿਆ ਹੋ, ਲੇਕਿਨ ਐਸਾ ਕੁਛ ਵੀ ਨਹੀਂ ਹੈ, ਹਮ ਲੋਕ ਤਾਂ ਕਬ ਸੇ ਖਾ ਰਹੇ ਹੈ, ਸਾਲੋ ਸਾਲ ਸੇ ਖਾ ਰਹੇ ਹੈ, ਇਹ ਅਫਵਾਹ ਕਬ ਸੇ ਸਰ, ਹਮਕੋ ਲੋਕ ਕੁਛ ਹੋ ਹੀ ਨਹੀਂ ਰਿਹਾ ਹੈ, ਹਮ ਲੋਕ ਕਬ ਸੇ ਖਾ ਰਹੇ ਹੈ ਚਿਕਨ, ਇਸੀ ਦੁਕਾਨ ਸੇ ਲੈ ਜਾਤੇ ਹੈ, ਯਹਾਂ ਦੂਸਰੀ ਦੁਕਾਨ ਹੈ, ਬਹੁਤ ਅੱਛਾ ਕੀਆ ਹੈ, ਫ੍ਰੀ ਮੇਂ ਲਗਾ ਦਿਆ ਹੁਆ ਹੈ, ਹਮ ਲੋਕ ਕਮਰੇ ਮੇਂ ਖਾਣਾ ਲਿਵਾਨੇ ਕੇ, ਬਹੁਤ ਅੱਛਾ ਕੀਆ ਹੁਆ ਹੈ ਜੋ ਲਗਾ ਦਿਆ ਹੈ, ਖਾਣਾ ਕਮਰੇ ਮੇਂ ਬਣਾਉਣਾ ਪੜੇਗਾ। ਹਮਾਰਾ ਨਾਮ ਸੁਸ਼ੀਲ ਹੈ ਜੀ। ਭਾਅ ਜੀ ਕਰੋਨਾ ਵਾਇਰਸ ਦੀਆਂ ਜਿਹੜੀਆਂ ਖਬਰਾਂ ਆ ਰਹੀਆਂ ਕਿ ਚਿਕਨ ਨੂੰ ਬਹੁਤ ਜ਼ਿਆਦਾ ਫਰਕ ਪੈ ਗਿਆ, ਚਿਕਨ 'ਚ ਕਰੋਨਾ ਹੈ, ਜਿਹੜੀਆਂ ਗਲਤ ਮਤਲਬ ਕਿ ਨਿਊਜ਼ ਆ ਰਹੀਆਂ ਕਿ ਬਈ ਸੋਸ਼ਲ ਮੀਡੀਆ 'ਤੇ ਕੋਈ ਸ਼ਰਾਰਤੀ ਅਨਸਰ ਗਲਤ ਚੀਜ਼ਾਂ ਫੈਲਾ ਰਹੇ ਨੇ, ਉਹਦੇ ਕਰਕੇ ਚਿਕਨ ਦੇ ਜਿਹੜੇ ਕਾਰੋਬਾਰੀ ਨੇ, ਚਾਹੇ ਉਹ ਮੈਂ ਵੇਚਣ ਵਾਲਾ ਵਾਂ ਜਾਂ ਪੋਲਟਰੀ ਫਾਰਮਰ ਹੈ ਜਾਂ ਕੋਈ ਫੀਡ ਵਾਲਾ, ਸਾਰਿਆਂ ਦੇ ਕੰਮ ਨੂੰ ਬਹੁਤ ਜ਼ਿਆਦਾ ਫਰਕ ਪਿਆ, ਅਤੇ ਅਸੀਂ ਆਪਣੇ ਕੰਮ ਨੂੰ ਦੁਬਾਰਾ ਚਲਾਉਣ ਲਈ ਤੁਹਾਡੇ ਮਾਧਿਅਮ ਰਾਹੀਂ ਦਿਖਾ ਰਹੇ ਹਾਂ ਕਿ ਲੋਕ ਫਿਰ ਵੀ ਖਾ ਰਹੇ ਨੇ, ਇੱਦਾਂ ਦੀ ਕੋਈ ਪ੍ਰੋਬਲਮ ਨਹੀਂ ਹੈ। ਜਿਹੜੀਆਂ ਗਲਤ ਨਿਊਜ਼ ਆ ਰਹੀਆਂ ਉਹਨਾਂ ਤੋਂ ਪਲੀਜ਼ ਥੋੜ੍ਹਾ ਬਚਾ ਰੱਖੋ। ਲੇਕਿਨ ਇਹ ਹੈ ਕਿ ਜਿਹੜਾ ਕਰੋਨਾ
पर बट सर इदा वै चिकन दे नाल उन्दी कोई लैन देन नहीं है, चिकन प्रॉपरली 100% उन्दे तो ठीक है, चिकन दा विच कोई लैन देन नहीं है। सरकार कह रही है जी चिकन दे विच कोरोना वायरस नहीं, जेड़े सारे एग्रीकल्चर मिनिस्टर ने गिरिराज जी उन्हां दी स्टेटमेंटां सी तुहानूं लाइव दिखाने आ, वो कहंदे चिकन दे फिश चिकन और एग्स दे विच कोई प्रॉब्लम नहीं, असी परमिशन क्यों लांगे, जब सरकार कहे चिकन जो प्रॉब्लम है फिर परमिशन लैण दी जरूरत है। सरकार प्रमोट कर रही है और असी भी प्रमोट कर रहे हैं। हाँ जी ठीक है जी, ठीक है जी, ठीक है जी, नहीं जी इस करके नहीं, असं अपने चिकन की प्रमोशन कर रहे हैं कि लोग घर जाके दसन अभी चिकन खा के आए हैं जी, चिकन ना कोई प्रॉब्लम नहीं, कल नू फैमिलिया चिकन भी बनेगा और साढ़े चिकन की लागत वधेगी। बिल्कुल डर महसूस वो निकाल रहे हैं जी, चिकन में कोरोना है नहीं गा, लोग डर निकालने वास्ते एक मेले के तौर पर अभी चिकन पेश कर रहे हैं फ्री ऑफ कॉस्ट, लोग खान और लोगों को पता लगे भी वाकई भी कुछ नहीं है चिकन च, असी प्रमोशन कर रहे हैं चिकन की। मेरा रविंदर कुमार चेयरमैन काला पोल्ट्री फार्म जलंधर। रूहानी ते काले इलम दे माहिर बीबी राजविंदर जी, सारियां समस्यावां दा हल 2 घंटे विच घर बैठे, वशीकरण करना, मुठ्ठीकरण करना जां तड़वाउणा, विदेश यात्रा विच रुकावट, पीआर विच रुकावट, लव मैरिज प्यार च रुकावट, जेकर तुहाडा पति पत्नी धी भैण भरा किसी के वश च हन उस तों छुटकारा मैं दिलावांगी। लाटरी चाहे कोई भी होवे, 649 लोटो मैक्स जां मैगा मिलियन ग्रंटिड निकलेगी, फोन मिलाउंदे ही तुहाडी जिंदगी सवर जावेगी। सारियां समस्यावां दा हल 1125 रुपए च गरंटी नाल कराओ। करो संपर्क बीबी राजविंदर 81-466-77-009। रूहानी ते काले इलम दे माहिर पंडित राकेश जी, मेरे किती नू कोई कट नहीं सकदा, कट्टन वाले नू मूह मंगिया इनाम। 2 घंटे विच घर बैठे हर परेशानी दा हल पाओ, वशीकरण करना जां तोड़ना, प्यार विच धोखा, लव मैरिज, पति पत्नी विच अणबण, सौतन दुश्मन दा नाश, हर तरह दे लाटरी नंबर दे माहिर, धोखा खादे लोग सानू एक बार फोन जरूर करो। पंडित राकेश जी संपर्क करो 83-607-99-607, 83-607-89-607।